ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਬਣਾਉਣੇ ਆ ਰੈਜ਼ਨਾਲਟ। ਇਹ ਮਹਾਂਮ੍ਰਿਤਯੁੰਜੈ ਮੰਤਰ ਦਾ ਔਰਡਰ ਹੈ। ਪਹਿਲਾਂ ਆਪਾਂ MDF ਬੋਰਡ ਦੇ ਪੀਸ ਲੈ ਲਏ ਨੇ। ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਕਲਰ ਕਰਾਂਗੇ ਵਾਈਟ। ਇਹਦੇ ਸੁੱਕਣ ਤੋਂ ਬਾਅਦ ਆਪਾਂ ਇਹਦੇ ਉੱਤੇ ਰੈਜ਼ਨ ਅਪਲਾਈ ਕਰਾਂਗੇ। ਹੁੰਦਾ ਹਾਰਡਨਰ ਦਾ, ਤੁਸੀਂ ਇਸ ਨੂੰ ਮੈਜ਼ਰਮੈਂਟ ਕਰਕੇ ਵੀ ਯੂਜ਼ ਕਰ ਸਕਦੇ ਹੋ। ਰੈਜ਼ਨ ਅਪਲਾਈ ਕਰਨ ਤੋਂ ਬਾਅਦ ਜਿਸ ਤਰ੍ਹਾਂ ਦਾ ਵੀ ਤੁਸੀਂ ਇਹਦਾ ਬੇਸ ਬਣਾਉਣਾ, ਉਸ ਤਰ੍ਹਾਂ ਦੇ ਕਲਰ ਪਾ ਕੇ ਇਸਦਾ ਬੇਸ ਬਣਾ ਸਕਦੇ ਹੋ ਤੁਸੀਂ। ਅਸੀਂ ਇਹਦੇ ਵਿੱਚ ਗੋਲਡਨ, ਪਿੰਕ, ਨੈਵੀ ਬਲੂ ਅਤੇ ਜਾਮਨੀ ਕਲਰ ਯੂਜ਼ ਕਰਿਆ। ਕਲਰ ਪਾ ਕੇ ਫਿਰ ਇਹਨਾਂ ਨੂੰ ਵਾਰ ਵਾਰ ਇਸ ਤਰ੍ਹਾਂ ਹੀ ਫੁਲਾ ਦੇਵਾਂਗੇ ਹੇਅਰ ਡਰਾਈ ਨਾਲ। ਬੇਸ ਤੁਸੀਂ ਜਿਸ ਤਰ੍ਹਾਂ ਦਾ ਤਿਆਰ ਕਰਨਾ ਚਾਹੁੰਦੇ ਹੋ ਉਸੇ ਤਰ੍ਹਾਂ ਦਾ ਬਣਾ ਸਕਦੇ ਹੋ। ਸ਼ਬਦ ਬਣਾਉਣ ਲਈ ਇੱਕ ਅਕਰੈਲਿਕ ਸ਼ੀਟ ਆਉਂਦੀ ਹੈ, ਇਹਦੇ ਵਿੱਚ ਸ਼ਬਦ ਬਣਦੇ ਨੇ, ਇਸਨੂੰ ਆਪਾਂ ਕੱਢ ਕੇ ਅਪਲਾਈ ਕਰ ਦੇਵਾਂਗੇ ਉੱਪਰ। ਇਹਦੇ ਥੱਲੇ ਜਿਹੜੀ ਕਲੇਅਰ ਲੱਗੀ ਹੁੰਦੀ ਹੈ ਉਤਾਰ ਕੇ ਆਪਾਂ ਇਹਨੂੰ ਬੋਰਡ ਦੇ ਉੱਪਰ ਅਪਲਾਈ ਕਰ ਦੇਵਾਂਗੇ ਸਾਰੇ। ਇਹ ਅਪਲਾਈ ਕਰਨ ਤੋਂ ਬਾਅਦ ਇਸ ਦੇ ਉੱਪਰ ਇੱਕ ਹੋਰ ਲੇਅਰ ਹੁੰਦੀ ਹੈ, ਇਹ ਉਤਾਰ ਕੇ ਆਪਾਂ ਇੱਕ ਵਾਰ ਫਿਰ ਰੈਜ਼ਨ ਦੇ ਉੱਪਰ ਅਪਲਾਈ ਕਰ ਦੇਵਾਂਗੇ। ਗੋਲਡਨ ਨਾਲ ਆਪਾਂ ਇਹਦੀ ਆਊਟਲਾਈਨ ਕਰ ਦੇਵਾਂਗੇ, ਫਿਰ ਆਪਾਂ ਇਹਦੇ ਉੱਤੇ ਰੈਜ਼ਨ ਅਪਲਾਈ ਕਰ ਦੇਵਾਂਗੇ ਇੱਕ ਵਾਰ। ਫਿਰ ਆਪਾਂ ਇਸਦੇ ਬੈਕ ਸਾਈਡ 'ਤੇ ਆਪਾਂ ਬਲੂ ਕਲਰ ਕਰ ਦੇਵਾਂਗੇ। ਕੁੰਡੇ ਅਤੇ ਚੈਨ ਦੀ ਹੈਲਪ ਨਾਲ ਆਪਾਂ ਇਹਨੂੰ ਜੁਆਇੰਟ ਕਰ ਦੇਵਾਂਗੇ। ਇਸ ਤੋਂ ਇਲਾਵਾ ਇੱਕ ਮੂਲ ਮੰਤਰ ਦਾ ਔਰਡਰ ਆਇਆ ਸੀ ਅਤੇ ਮਹਾਂਮ੍ਰਿਤਯੁੰਜੈ ਮੰਤਰ ਦਾ ਵੀ ਇੱਕ ਔਰਡਰ ਪਹਿਲਾਂ ਆਇਆ ਸੀ ਅਤੇ ਇੱਕ ਅਸੀਂ ਨੰਬਰ ਪਲੇਟ ਬਣਾਈ ਹੈ। ਅਗਰ ਤੁਸੀਂ ਵੀ ਇਸ ਤਰ੍ਹਾਂ ਔਰਡਰ ਕਰਨਾ ਚਾਹੁੰਦੇ ਹੋ ਤਾਂ ਇੰਸਟਾ 'ਤੇ ਸਾਡਾ ਪੇਜ ਹੈ ਬੋਰਨ ਟੂ ਕਰਾਫਟ, ਉੱਥੇ ਮੈਸੇਜ ਕਰਕੇ ਔਰਡਰ ਕਰ ਸਕਦੇ ਹੋ।